ਉਹ ਘੱਟੋ ਘੱਟ 40-45 ਮਿੰਟ ਲਾਉਂਦੇ ਨੇ ਇਹ 20 ਮਿੰਟਾਂ 'ਚ ਹੀ ਲੋਹਾ ਹੀ ਪੂਰਾ ਹੁੰਦਾ ਅੱਜ ਕੱਲ੍ਹ ਤਾਂ ਜੱਟਾਂ ਤੋਂ ਇਹ 35 HP ਦੇ ਟਰੈਕਟਰ 'ਤੇ ਵੀ ਚੱਲ ਜਾਊ 35 HP ਤਾਂ ਮੈਂ ਤਾਂ 2 ਦਿਨਾਂ 'ਚ ਵਾਹਣ ਵਿਹਲਾ ਕਰਨਾ ਹਾਂ ਠੀਕ ਹੈ ਤਾਂ ਉਹਦੇ ਵਾਸਤੇ ਆਪਾਂ ਇੱਕ ਇਹ ਸਿਸਟਮ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਿਲਕੁਲ ਨਵਾਂ ਸੰਦ ਦਿਖਾਉਣ ਜਾ ਰਿਹਾ ਜਿਹੜਾ ਪੰਜਾਬ ਦੇ ਵਿੱਚ ਮੈਂ ਤਾਂ ਇਹ ਜਗਾੜ ਪਹਿਲੀ ਵਾਰੀ ਉਹ ਦੇਖਿਆ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਵੀ ਨਹੀਂ ਹੋਣਾ ਕਿਤੇ ਤੇ ਇਹ ਤੁਹਾਨੂੰ ਚੱਲਦਾ ਵੀ ਦਿਖਾਉਣਿਆ ਤੇ ਇਹ ਤੇ 80% ਤੱਕ ਸਬਸਿਡੀ ਦੇ ਨਾਲ ਆਇਆ ਇਹ ਸਿੱਧਾ ਹੀ ਤੇ ਕੀ ਗੱਲਬਾਤ ਆ ਸਾਰੀ ਕੀ ਪ੍ਰੋਜੈਕਟ ਆ ਕਰਦੇ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਇਹ ਜਿਹੜਾ ਜਿਵੇਂ ਨਾਲੇ ਤਾਂ ਇਹ ਖਰਚੇ ਵੱਢੀ ਜਾਂਦਾ ਜੀ ਨਾਲੇ ਇਹ ਪਿੱਛੇ ਰੈਕ ਦਾ ਕੰਮ ਕਰੀ ਜਾਂਦਾ ਇਹ ਸ਼ੈ ਹੈ ਕੀ ਵੀਰੇ ਪਹਿਲਾਂ ਜਿਹੜੇ ਸਿਸਟਮ ਆਉਂਦੇ ਸੀ ਉਹ ਇਕੱਲੇ ਸਟੋਰ ਰੈਕ ਮਤਲਬ ਕਿ ਇਹ 2-in-1 ਆ ਜਿਵੇਂ ਜੀ ਸਟੋਰ ਰੈਕ ਕੀ ਕਰਦਾ ਸੀਗਾ ਖਰਚੇ ਵੱਢ ਕੇ ਉਹ ਪਿੱਛੇ ਲਾਈਨ ਬਣਾ ਦਿੰਦਾ ਸੀਗਾ ਹਾਂ ਇੱਕ ਲਾਈਨ ਜੀ ਲੱਗ ਜਾਂਦੀ ਹਾਂ ਲਾਈਨ ਬਣ ਜਾਂਦੀ ਸੀ ਉਹ ਤੇ ਉਹ ਬੇਲਰ ਮਗਰੋਂ ਚੱਕ ਲੈਂਦਾ ਸੀ ਉਹਨੂੰ ਬਿਲਕੁਲ ਤੇ ਉਹਦੇ ਵਿੱਚ ਕੀ ਚੱਕਰ ਕੀ ਹੋਇਆ ਜਿਹੜੀ ਉਹ ਲਾਈਨ ਬਣਦੀ ਸੀ ਜਿਵੇਂ ਹੁਣ ਬੁਕਚਰ ਦੇਖੋ ਆ ਨਵੀਂ ਜ਼ਿਆਦਾ ਗਈ ਹਾਂਜੀ ਗਿੱਲਾ ਪਿਆ ਬਾਹਣ ਗਿੱਲਾ ਹੋ ਜਾਂਦਾ ਸੀਗਾ ਹੁਣ ਉਹਦੇ ਨਾਲ ਆਪਾਂ ਇੱਕ ਹੋਰ ਸਿਸਟਮ ਜੋੜਤਾ ਮੰਗ ਵਾਲੀ ਸਾਈਡ ਇੱਕ ਲੀਪਰ ਬਣਾਤਾ ਜੀ ਹਾਈਡ੍ਰੌਨਿਕ ਲੀਪਰ ਆ ਮਤਲਬ ਕਿ ਇਹ ਹਾਈਡ੍ਰੌਲਿਕ ਰੀਪਰ ਬਣ ਗਿਆ ਪਿੱਛੇ ਹਾਂਜੀ ਹਾਂਜੀ ਇਹ ਲੈਦਾ ਵੱਡੂਗਾ ਨਾਲੇ ਜਿਹੜੀ ਆਪਣੀ ਉਹ ਮੰਗਰਲੇ ਪਾਸੇ ਲਾਈਨ ਬਣਦੀ ਆ ਉਹਨੂੰ ਖਨੇਊਗਾ ਜਿਹੜਾ ਉਹਦਾ ਬੌਕਚਰ ਆ ਜ਼ੀਰੋ ਕਰ ਦੂਗਾ ਦੋ ਸੰਦਾਂ ਦਾ ਕੰਮ ਇਹ ਇਕੱਲਾ ਕਰ ਦੂਗਾ ਜੀ ਜਿਵੇਂ ਇੱਕ ਮਿਸ ਪੂਜਾ ਦਾ ਗਾਣਾ ਆਇਆ ਸੀ 10 ਸਾਲ ਪਹਿਲਾਂ ਵੀ ਲੋਹਾ ਹੀ ਪੂਰਾ ਹੁੰਦਾ ਅੱਜ ਕੱਲ੍ਹ ਤਾਂ ਜੱਟਾਂ ਤੋਂ ਜੀ ਜੀ ਜਿਵੇਂ ਇਹ ਵੀ ਆਪਣਾ ਲੋਹੇ ਦਾ ਕੰਮ ਘਟਾਊਗਾ ਜੀ ਵੀ ਦੋ ਚੀਜ਼ਾਂ ਲੈਣ ਦੀ ਲੋੜ ਨਹੀਂ ਦੋ ਚੀਜ਼ਾਂ ਲੈਣ ਦੀ ਲੋੜ ਨਹੀਂ ਇਹ ਇੱਕੋ ਹੀ ਬਥੇਰਾ ਤੇ ਇੱਕ ਜਿਵੇਂ ਹੁਣ ਸੁਪਰ ਸੀਡਰ ਆਇਆ ਪਿਛਲੇ ਦਿਨੀ ਕੁਝ ਕੁ ਸਾਲਾਂ ਦਾ ਆਇਆ ਤੇ ਉਹਨੇ ਸਾਰੇ ਜੱਟਾਂ ਦੇ ਟਰੈਕਟਰ ਬਦਲਾਤੇ ਜੀ ਵੱਡੇ ਤੋਂ ਵੱਡਾ ਹੁਣ ਜਿਵੇਂ ਇਹਨੂੰ ਕਿੱਡੇ ਕੁ ਟਰੈਕਟਰ ਦੀ ਲੋੜ ਪੈਂਦੀ ਆ ਹੁਣ ਹੋਰ ਕੋਈ ਫਿਰ ਮੇਰੀ ਗੱਲ ਸੁਣੋ ਕਈ ਵਾਰ ਨਾ ਕੋਈ ਇਹ ਗਰੀਬ ਕੋਲੇ ਮੰਨ ਲਓ ਕੋਈ ਟਰੈਕਟਰ ਹੁੰਦਾ ਛੋਟਾ ਹਾਂ ਉਹ ਦੂਜੇ ਦੇ ਸੰਦ ਕਣੀ ਝਾਕ ਕੇ ਐ ਸੋਚਦਾ ਯਾਰ ਮੈਂ ਵੀ ਟਰੈਕਟਰ ਵਟਾ ਲਿਆਵਾਂ ਬਿਲਕੁਲ ਠੀਕ ਹੈ ਇਹ 35 HP ਦੇ ਟਰੈਕਟਰ ਤੇ ਵੀ ਚੱਲ ਜਾਊ 35 HP ਜਿਵੇਂ ਸਵਰਾਜ 735 DI 35 ਸੋਨਾਲੀਕਾ ਛੋਟੇ ਟਰੈਕਟਰਾਂ ਦੇ ਵੀ ਚੱਲੂ ਇਹ ਛੋਟੇ ਟਰੈਕਟਰਾਂ ਦੇ ਵੀ ਬਾਈ ਜੀ ਜਿਵੇਂ ਹੁਣ ਬੇਲਰ ਤੇ 50-50 ਲੱਖ ਰੁਪਇਆ ਲਾ ਦਿੰਦੇ ਨੇ ਹਨਾ ਆਪਣੇ ਜ਼ਿਮੀਦਾਰ ਉਹਨਾਂ ਨੂੰ ਮੂਰੇ ਕੰਮ ਨਹੀਂ ਤਿਆਰ ਮਿਲਦਾ ਗਿੱਲੇ ਦੀ ਸਮੱਸਿਆ ਕਰਕੇ ਇਹ ਸਪੈਸ਼ਲ ਵੀ ਗਿੱਲੇ ਖਾਤਰ ਹੀ ਆ ਜ਼ਿਆਦਾ ਤਾਂ ਇਹ ਤਾਂ ਵੀਰੇ ਪਤਾ ਗੱਲ ਕੀ ਆ ਬੇਲਰ ਤਾਂ ਆਪਾਂ 50 ਲੱਖ ਦਾ ਲੈ ਲਿਆ ਬਿਲਕੁਲ ਠੀਕ ਹੈ ਆਪਾਂ ਸਟੋਰ ਰੈਕ ਆ ਜਿਹੜਾ ਇਹ ਆਪਾਂ ਨਾਰਮਲ ਲੈ ਲਿਆ ਵੀ ਆਪਾਂ ਨੂੰ ਖਾਸੀ ਲੋੜ ਨਹੀਂ ਪੈਂਦੀ ਜਾਂ ਆਪਣੇ ਕੋਲ ਘਰੇ ਲੀਪਰ ਹੁੰਦਾ ਹਾਂ ਰੀਪਰ ਵੀ ਆਪਾਂ ਲੀਪਰ ਨਾਲ ਹੀ ਵੱਢ ਦੋ ਕਰਚੇ ਬਸ ਬੇਲਰ ਚੱਕੀ ਜਾਊਗਾ ਪਰ ਇਹਦੇ ਵਿੱਚ ਕੀ ਹੈ ਵੀ ਮੰਨ ਲਓ ਜਿਹੜਾ ਇਹ ਵਾਲਾ ਸਿਸਟਮ ਹੈ ਨਾਲੇ ਤਾਂ ਇਹ ਖਰਚੇ ਵੱਡੂਗਾ ਰੀਲ ਲੱਗੇ ਹੋਏ ਜਿਵੇਂ ਆਪਣੇ ਪਹਿਲਾਂ ਚੌਪਰ ਆਉਂਦੇ ਨੇ ਬਿਲਕੁਲ ਦੇਖੋ ਤੂੜੀ ਵਾਲੇ ਚੌਪਰ ਆਉਂਦੇ ਨੇ ਉਹਦੇ ਵਾਂਗੂ ਇਹ ਕਾਰਡਰ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਮੂਰੋ ਰੀਲ ਲੱਗੀ ਹੋਈ ਆ ਬਲੇਡ ਸਾਰਾ ਸਿਸਟਮ ਉਗਰੋਂ ਸਾਰਾ ਸਿਸਟਮ ਉਦਾਂ ਹੀ ਆ ਇਹਦੇ ਪਿਛਲੇ ਪਾਸੇ ਦੇਖ ਲਓ ਸਾਰਾ ਸਪੇਸ ਖਾਲੀ ਹੈ ਹਾਂ ਇਹ ਕੱਢੀ ਜਾਂਦਾ ਮਗਰ ਲੰਗਾ ਇਹ ਪਿੱਛੇ ਬੈਕ ਕਰੀ ਜਾਂਦਾ ਜੀ ਤੇ ਉਹਦੇ ਨਾਲ ਕੀ ਲਾਈਨ ਬਣਦੀ ਆ ਲਾਈਨ ਬਣ ਕੇ ਤੇ ਉਹ ਬੇਲਰ ਮੰਗਰਲੇ ਮੰਗਲ ਚੱਕੀ ਜਾਂਦਾ ਰਹਿੰਦਾ ਹੁਣ ਉਦੋਂ ਵੀ ਇੱਕ ਹੋਰ ਸਮੱਸਿਆ ਆ ਗਈ ਕਈ ਵਾਰ ਸੋਚਦਾ ਯਾਰ ਕਿਸਾਨ ਮੇਰੇ ਕੋਲ ਤਾਂ ਮੈਂ ਤਾਂ 2 ਦਿਨਾਂ 'ਚ ਵਾਹਣ ਵਿਹਲਾ ਕਰਨਾ ਹਾਂ ਠੀਕ ਹੈ ਤਾਂ ਉਹਦੇ ਵਾਸਤੇ ਆਪਾਂ ਇੱਕ ਇਹ ਸਿਸਟਮ ਲਵਾਤਾ ਵੀ ਜਿਹੜਾ ਆਹ ਵਾਲਾ ਸਿਸਟਮ ਆ ਇਹ ਮੰਗਰ ਜਿਹੜਾ ਖਿੱਟੂਗਾ ਸਿੱਟੂਗਾ ਉਹਨੂੰ ਖਣਾਈ ਜਾਊਗਾ ਵੀ ਜੇ ਸੁੱਕਾ ਵਾਹਣ ਖੜਿਆਉਣ ਦੀ ਲੋੜ ਨਾ ਹੋਵੇ ਫਿਰ ਬਾਈ ਇਹ ਹਾਈਡ੍ਰੌਨਿਕ ਸਿਸਟਮ ਆ ਇਹਨੂੰ ਤਾਂ ਚੱਕ ਲਓ ਅੱਛਾ ਉਹ ਵੀ ਹੱਲ ਹੈਗਾ ਵੀ ਜੇ 2 ਦੀ ਜਗ੍ਹਾ ਤੇ ਸੰਦ ਇੱਕੋ ਹੀ ਚਲਾਉਣਾ ਹਾਂ ਇਹ ਹਾਈਡ੍ਰੌਨਿਕ ਸਿਸਟਮ ਆ ਇਹਨੂੰ ਤਾਂ ਚੱਕ ਲਓ ਲੋੜ ਨਹੀਂ ਹੋਊਗੀ ਥੋੜਾ ਜਿਹਾ ਜੀ ਤੇ ਮਤਲਬ ਜੇ ਆਪਾਂ ਇਹ ਕੱਲਾ ਚਲਾਉਣਾ ਤਾਂ ਉਹ ਵੀ ਆਪਾਂ ਕਰ ਸਕਦੇ ਹਾਂ ਜੀ ਜੀ ਇਹ ਫਿਰ ਟਰੈਕਟਰ 'ਤੇ ਲੱਗ ਜਾਂਦਾ ਲੀਵਰ ਹਾਂ ਵੀਰੇ ਟਰੈਕਟਰ 'ਤੇ ਹੋ ਜਾਂਦਾ ਇਹ ਸੈਟਿੰਗ ਉੱਥੋਂ ਬਾਈ ਨੇ ਚੱਕਤਾ ਵਾਹ ਜੀ ਵਾਹ ਕੀ ਬਾਤ ਹੈ ਮਤਲਬ ਹੁਣ ਇਹ ਇਕੱਲਾ ਕੰਮ ਕਰੂ ਲੈਣਾ ਦਾ ਬਿਲਕੁਲ ਜੀ ਬਿਲਕੁਲ ਤੇ ਇਹਦਾ ਕੀ ਨਾਮ ਕੀ ਆ ਬਾਈ ਇਹ ਸਾਰਾ ਇਹਨੂੰ ਸਟੋਰ ਰੈਕ ਬੋਲਦੇ ਵੀਰੇ ਸਟੋਰ ਰੈਕ ਦਾ ਨਾਮ ਹੈ ਤਾਂ ਇਹ ਆਪਣੀ ਵਿਕਾਸ ਐਗਰੋਟੈਕ ਇਹ ਵਿਕਾਸ ਐਗਰੋਟੈਕ 16 ਵਾਲੇ ਮੱਟ ਤੇ ਹਨਾ ਬਾਈ ਉੱਥੇ ਫਾਰਮ ਆਪਣੀ ਜੀ ਜੀ ਇਹ ਵਿਕਾਸ ਐਗਰੋਟੈਕ ਦੀ ਹੀ ਖੋਜ ਹੈ ਜੀ ਜੇ ਆਪਾਂ ਕਹਿ ਦਈਏ ਤੇ ਇਹਦੇ ਉੱਤੇ ਕੋਈ ਰਿਆਇਤ ਜਿਵੇਂ ਹੁਣ ਟ੍ਰੈਂਡ ਹੈ ਅੱਜ ਤਾਂ ਬਾਈ ਜਿਹੜੇ ਸੰਦ ਤੇ ਸਬਸਿਡੀ ਆ ਵਿਕਦਾ ਉਹੀ ਹੈ ਜੀ ਇਹ ਤੇ ਵੀਰੇ 50 ਤੋਂ ਲੈ ਕੇ 80% ਤੱਕ ਸਬਸਿਡੀ ਹੈ 80% ਤੱਕ ਸਬਸਿਡੀ ਇਹਦੇ ਅਵੇਲੇਬਲ ਹੈ ਹਾਂ ਤੇ ਇਹ ਆਪਣਾ ਭਾਰਤ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਜੀ ਤੇ ਆਪਣੇ ਜੇ ਐਡਰੈਸ ਵਗੈਰਾ ਦੀ ਗੱਲ ਕਰੀਏ ਵੀਰੇ ਆਪਣਾ ਐਡਰੈਸ ਆ ਨੀਅਰ ਸੋਹਲ ਪੱਤੀ ਮੋਗਾ ਰੋਡ ਜਿਹੜਾ ਮਤਲਬ ਬਰਨਾਲੇ ਤੋਂ ਮੋਗੇ ਨੂੰ ਵੱਡਾ ਹਾਈਵੇ ਜਾਂਦਾ ਨੈਸ਼ਨਲ ਹਾਈਵੇ ਨੀਅਰ ਸੋਹਲ ਪੱਤੀ ਜੀ ਇੱਥੇ ਆ ਤੇ ਬਾਕੀ ਕੰਟੈਕਟ ਵਗੈਰਾ ਬਾਈ ਹੋਰਾਂ ਦੇ ਸਾਰੇ ਸਕਰੀਨ ਤੇ ਦੇ ਦਾਂਗੇ ਤੁਸੀਂ ਇਹਨੂੰ ਵੀਡੀਓ ਦੇ ਵਿੱਚ ਚੱਲਦਾ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਚੱਲ ਰਿਹਾ ਜਿਵੇਂ ਆਹ ਵਾਹਣ ਜਮਾ ਗਿੱਲਾ ਇੱਥੇ ਟਰੈਕਟਰ ਖਾਲੀ ਟਰਾਲੀ ਲੈ ਕੇ ਵੀ ਟੋਚਨ ਪਾ ਕੇ ਗਿਆ ਭਰੀ ਦਾ ਤਾਂ ਨੰਗਣੀਓ ਕੀ ਆ ਦੋ ਦੋ ਟਰੈਕਟਰ ਇੱਕ ਟਰਾਲੀ ਕੱਢ ਕੇ ਲਿਆਉਂਦੇ ਨੇ ਉਹਦੇ ਵਿੱਚ ਵੀ ਇਹ ਚੱਲੀ ਜਾਂਦਾ ਜਿਵੇਂ ਆਪਾਂ ਨੂੰ ਕਾਹਲ ਹੁੰਦੀ ਆ ਕਣਕ ਬੀਜਣੀਆਂ ਇਸ ਤੋਂ ਬਾਅਦ ਆਲੂ ਬੀਜਣੇ ਨੇ ਤਾਂ ਇਹ ਕਿੰਨੇ ਟਾਈਮ 'ਚ ਬਾਈ ਕਿੱਲਾ ਕੱਢਦਾ ਇਹ ਬਾਈ ਯਾਰ ਜਿਵੇਂ ਦੂਜੇ ਨੇ ਦੂਜੇ ਲੀਪਰ ਨੇ ਹਾਂ ਉਹ ਘੱਟੋ ਘੱਟ 40-45 ਮਿੰਟ ਲਾ ਦਿੰਦੇ ਨੇ ਇਹ 20 ਮਿੰਟਾਂ 'ਚ ਹੀ ਕੱਢਦਾ ਉਹ ਤਾਂ ਪੌਣਾ ਘੰਟਾ ਘੰਟਾ ਖਾਂਦੇ ਨੇ ਵੀਰੇ ਇਹ 25 ਮਿੰਟਾਂ ਦੇ ਵਿੱਚ ਕਿੱਲੇ ਦੇ ਵਿੱਚ ਦੀ ਲੰਘ ਜਾਂਦਾ ਵੀਰੇ ਇਹਨੇ ਕੋਈ ਜ਼ਿਆਦਾ ਤੇਲ ਵੀ ਨਹੀਂ ਖਾਣਾ ਕਈ ਵਾਰ ਨਾ ਬੰਦਿਆਂ ਦੇ ਮਨ ਦੇ ਵਿੱਚ ਆਉਂਦਾ ਵੀ ਇਹ ਤੇਲ ਜ਼ਿਆਦਾ ਖਾਂਦਾ ਕਿਉਂਕਿ ਇਹਦਾ ਸਿਸਟਮ ਹੋ ਗਿਆ
ਸੋ ਬਹੁਤ ਘੈਂਟ ਚੀਜ਼ ਬਣਾਈ ਹੈ ਜੀ, ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ, ਧੰਨਵਾਦ।